ਘਰੋਂ ਚੰਗੇ ਭੁਲੇ ਗਏ ਆ ਚੰਡੀਗੜ੍ਹ ਆਪਦੇ ਕੰਮਾਂ ਦੇ ਰਿਝੇਵਾਂ 'ਚ ਨਿਕਲੇ ਸੀਗੇ ਉਹ ਅਤੇ ਰਾਹ ਜਾਂਦਿਆਂ ਨੂੰ ਕੋਈ ਮਾੜਾ ਮੋਟਾ ਬੁਖਾਰ ਹੋਇਆ ਉਹਨਾਂ ਨੇ ਚੈੱਕਅਪ ਕਰਵਾਇਆ ਉਹਨਾਂ ਦੇ ਮਾੜੇ ਮੋਟੇ ਕੋਈ ਸੈਲਡਾਊਨ ਆਏ ਨੇ ਉਹ ਡ੍ਰਿਪ ਲਾਉਣ ਲੱਗੇ ਤਾਂ ਉਹ ਕਹਿੰਦੇ ਚੱਲ ਚੰਡੀਗੜ੍ਹ ਲਵਾ ਲਾਂਗੇ ਆਹੀ ਗੱਲ ਹੋਈ ਹੈ ਇਸ ਬੇਨਤੀ ਆ ਵੀ ਬਾਪੂ ਜੀ ਠੀਕ ਠਾਕ ਨੇ ਵਧੀਆ ਇਹ ਜਿਹੀਆਂ ਖਬਰਾਂ ਝੂਠੀਆਂ ਖਬਰਾਂ ਤੋਂ ਵਾਹਾਂ ਤੋਂ ਬਚੋ ਜਿਹੜੇ ਝੂਠੀਆਂ ਖਬਰਾਂ ਚਲਾਉਂਦੇ ਆ ਤਾਂ ਉਹਨਾਂ ਦੇ ਮਾੜੀ ਜੀ ਮੋਟੀ ਨਕੇਲ ਪਾਓ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋਣ ਕਾਰਨ ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਠੀਕ ਹੈ ਜਿਸ ਦੇ ਚੱਲਦਿਆਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚੋਂ ਵੀ ਉਸਦੇ ਪਰਿਵਾਰਕ ਮੈਂਬਰ ਪਾਲੀ ਮੂਸੇਵਾਲਾ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਠੀਕ ਹੈ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਪਾਲੀ ਕੀ ਕਹੋਗੇ ਮੀਡੀਆ ਤੇ ਗੱਲਾਂ ਚੱਲ ਰਹੀਆਂ ਵੀ ਸਿੱਧੂ ਦੇ ਪਿਤਾ ਬਿਮਾਰ ਨੇ ਕੀ ਕਹਿਣਾ ਚਾਹੋਗੇ ਉਸ ਤੇ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦਾ ਜੀ ਸਾਰਿਆਂ ਨੂੰ ਇੱਕ ਬੇਨਤੀ ਤੇ ਅਪੀਲ ਵੀ ਕਰਦਾ ਵੀ ਜਿਹੜੇ ਨਿਊਜ਼ਾਂ ਤੇ ਤੁਸੀਂ ਫੇਕ ਅਫਵਾਹਾਂ ਚੜਾ ਰਹੇ ਹੋ ਤੇ ਲਮਸ ਦੇਖੋ ਆਪਣੇ ਘਰਾਂ 'ਚ ਸਾਰਿਆਂ 'ਚ ਹੋ ਜਾਂਦੀਆਂ ਬੇਬੇ ਬਾਪੂ ਵੀ ਹੋ ਜਾਂਦੇ ਨੇ ਬਿਮਾਰ ਕੋਈ ਗੱਲ ਨਹੀਂ ਸਿਹਤ ਤਾਂ ਕਦੋਂ ਵੀ ਹੋ ਸਕਦੀ ਹੈ ਪਰ ਘਰੋਂ ਚੰਗੇ ਭੁਲੇ ਗਏ ਆ ਚੰਡੀਗੜ੍ਹ ਆਪਦੇ ਕੰਮਾਂ ਦੇ ਰਿਝੇਵਾਂ 'ਚ ਨਿਕਲੇ ਸੀਗੇ ਉਹ ਤੇ ਰਾਹ ਜਾਂਦਿਆਂ ਨੂੰ ਕੋਈ ਮਾੜਾ ਮੋਟਾ ਬੁਖਾਰ ਹੋਇਆ ਉਹਨਾਂ ਨੇ ਚੈੱਕਅਪ ਕਰਵਾਇਆ ਉਹਨਾਂ ਦੇ ਮਾੜੇ ਮੋਟੇ ਕੋਈ ਸੈਲਡਾਊਨ ਆਏ ਨੇ ਉਹ ਡ੍ਰਿਪ ਲਾਉਣ ਲੱਗੇ ਤਾਂ ਉਹ ਕਹਿੰਦੇ ਚੱਲ ਚੰਡੀਗੜ੍ਹ ਲਵਾ ਲਾਂਗੇ ਅਸੀਂ ਆਹੀ ਗੱਲ ਹੋਈ ਹੈ ਤੰਦਰੁਸਤ ਹੈ ਠੀਕ ਠਾਕ ਹੈ ਕੋਈ ਇਹ ਸਹੀ ਗੱਲ ਨਹੀਂ ਅਫਵਾਹਾਂ ਤੋਂ ਬਚੋ ਜਿੰਨੇ ਵੀ ਸਿੱਧੂ ਨੂੰ ਚਾਹੁਣ ਵਾਲੇ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਨਾ ਤਾਂ ਉਹਨਾਂ ਨੂੰ ਫੋਨ ਕਰੋ ਨਾ ਸਾਨੂੰ ਕਰੋ ਤੜਕੇ ਦੇ ਇੰਨੇ ਫੋਨ ਆ ਰਹੇ ਆ ਉਹ ਚਾਹੁਣ ਵਾਲੇ ਇੰਨੇ ਵੱਡੇ ਨੇ ਇਸ ਬੇਨਤੀ ਹੈ ਵੀ ਬਾਪੂ ਜੀ ਠੀਕ ਠਾਕ ਨੇ ਵਧੀਆ ਇਹ ਜਿਹੀਆਂ ਖਬਰਾਂ ਝੂਠੀਆਂ ਖਬਰਾਂ ਤੋਂ ਅਫਵਾਹਾਂ ਤੋਂ ਬਚੋ ਤੇ ਨਾਲ ਅਸੀਂ ਚੈਨਲ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਹਾਡੇ ਕੋਲੇ ਪੁਖਤਾ ਪ੍ਰੂਫ ਹੈ ਤਾਂ ਬਾਪੂ ਜੀ ਦੇ ਜਾ ਕੇ ਬੈੱਡ ਤੇ ਬੈਠ ਰਹਿ ਕੇ ਚਲਾ ਦਿਓ ਪਰ ਤੁਹਾਡੇ ਕੋਲੇ ਕੋਈ ਪੁਖਤਾ ਪ੍ਰੂਫ ਹੀ ਨਹੀਂ ਨਾ ਬਾਪੂ ਜੀ ਤੁਹਾਨੂੰ ਪਤਾ ਵੀ ਕਿੱਥੇ ਗਏ ਨੇ ਨਾ ਕਿੱਥੇ ਹੈਗੇ ਨੇ ਐਵੇਂ ਪਟਾਲੇ ਤੋਂ ਰੈਫਰ ਕਰਦੇ ਹੋ ਚੰਡੀਗੜ੍ਹ ਭੇਜ ਦਿੰਦੇ ਹੋ ਚੰਡੀਗੜ੍ਹ ਫਲਾਣਾ ਆਇਆ ਕਰਿਆ ਜੋ ਹੋ ਗਿਆ ਇਹਨਾਂ ਚੀਜ਼ਾਂ ਤੋਂ ਗਰੇਜ ਕਰੋ ਖਬਰਾਂ ਤੁਹਾਡੇ ਕੋਲੇ ਹੋਰ ਬਹੁਤ ਸਾਰੀਆਂ ਜੇ ਚਲਾ ਲਓ ਪਰ ਇਹਨਾਂ ਚੀਜ਼ਾਂ ਤੋਂ ਗਰੇਜ ਕਰੋ ਢਿੱਲ ਮਸ ਆਪਣੇ ਘਰਾਂ 'ਚ ਵੀ ਆ ਸਕਦੀ ਹੈ ਤੁਸੀਂ ਐਵੇਂ ਕਿਸੇ ਦੀ ਮਿੱਟੀ ਨਾ ਪੱਟਿਆ ਕਰੋ ਅਤੇ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਜਿਹੜੇ ਝੂਠੀਆਂ ਖਬਰਾਂ ਚਲਾਉਂਦੇ ਆ ਤਾਂ ਉਹਨਾਂ ਦੇ ਮਾੜੀ ਜੀ ਮੋਟੀ ਨਕੇਲ ਪਾਓ ਐਵੇਂ ਚੱਕ ਚੱਕ ਕੇ ਮਾੜੀਆਂ ਮਾੜੀਆਂ ਖਬਰਾਂ ਕਿਹੜੀ ਕਿਹੜੀਆਂ ਅਫਵਾਹਾਂ ਕਿਸੇ ਨੇ ਕੋਈ ਹੈਡਲਾਈਨ ਬਣਾ ਦਿੱਤੀ ਕਿਸੇ ਨੇ ਕੋਈ ਹੈਡਲਾਈਨ ਬਣਾ ਦਿੱਤੀ ਇਹਨਾਂ ਚੀਜ਼ਾਂ 'ਤੇ ਮਾੜਾ ਮੋਟਾ ਨੱਥ ਪਾਓ ਜੀ ਖਬਰਾਂ ਚਲਾਓ ਬਹੁਤ ਸਾਰੇ ਮੁੱਦੇ ਆ ਪੰਜਾਬ ਦੇ ਉਹਨਾਂ 'ਤੇ ਚਲਾਓ ਉਹਨਾਂ ਜਿਵੇਂ ਕੱਲ੍ਹ ਹੁਣ ਪ੍ਰਸ਼ਾਸਨ ਨਿਕਲਿਆ ਇੱਥੋਂ ਰੇਡ 'ਤੇ ਟੀਮਾਂ ਨਿਕਲੀਆਂ ਨਿਕਲੀਆਂ ਜੀ ਮਾਨਸਾ ਟੀਮਾਂ ਦੱਸੋ ਵੀ ਤੁਸੀਂ ਗਾਣਿਆਂ ਨੂੰ ਸਾਬਤ ਕਰ ਦਿਓ ਵੀ ਭਾਜੋ ਹੁਣ ਪੁੱਟੀ ਛੋ ਟੀਮਾਂ ਚੱਲ ਪਈਆਂ ਇਹੋ ਜਿਹੀਆਂ ਅਫਵਾਹਾਂ ਤੋਂ ਬਚੋ ਜਿਹੜੇ ਪੰਜਾਬ ਦੇ ਵਿੱਚ ਗਲਤ ਅਨਸਰ ਨੇ ਉਹਨਾਂ ਨੂੰ ਚੁਗ ਲਈਏ ਜਿਹੜੇ ਭਾਰਤ ਦੇ ਵਿੱਚ ਗਲਤ ਅਨਸਰ ਆ ਚੁੱਕ ਕੇ ਉਹਨਾਂ ਜੇਲ੍ਹਾਂ 'ਚ ਡੱਕ ਦਈਏ ਤਾਂ ਹੀ ਆਪਣੇ ਪੰਜਾਬ ਦਾ ਹਿੰਦੁਸਤਾਨ ਦਾ ਸਰੱਪਾ ਬਣ ਸਕਦਾ ਜੀ ਸੋਹਣਾ ਬਣਾ ਸਕਦੇ ਆਪਾਂ ਸਾਰੇ ਰਲ ਮਿਲ ਕੇ ਇਹੋ ਜਿਹੇ ਗਲਤ ਅਫਵਾਹਾਂ ਤੋਂ ਬਚੋ ਸਾਡੀ ਸਿੱਧੂ ਪਰਿਵਾਰ ਬੰਨਿਓ ਬੇਬੇ ਔਰ ਬਾਪੂ ਜੀ ਬੰਨਿਓ ਪੂਰੇ ਪਰਿਵਾਰ ਬੰਨਿਓ ਪੂਰੀ ਟੀਮ ਬੰਨਿਓ ਇਹ ਬੇਨਤੀ ਹੈ ਵੀ ਇਹੋ ਜਿਹੀਆਂ ਅਫਵਾਹਾਂ ਨਾ ਚਲਾਓ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਚਲੇ ਜਾਣ ਤੋਂ ਬਾਅਦ ਲਗਾਤਾਰ ਉਸਦੇ ਮਾਤਾ ਪਿਤਾ ਕਾਫੀ ਜ਼ਿਆਦਾ ਉਦਾਸ ਰਹਿ ਰਹੇ ਨੇ ਅਤੇ ਉੱਥੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਕੁਝ ਖਰਾਬ ਹੋਈ ਹੈ ਜਿਸ ਦੇ ਤਹਿਤ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਅਤੇ ਉੱਥੇ ਹੀ ਸੋਸ਼ਲ ਮੀਡੀਆ 'ਤੇ ਕੁਝ ਅਫਵਾਹਾਂ ਚੱਲ ਰਹੀਆਂ ਨੇ ਜਿਸ ਦੇ ਤਹਿਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਬਚਣ ਦੀ ਲੋੜ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਤਬੀਅਤ ਬਿਲਕੁਲ ਠੀਕ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ D5 ਚੈਨਲ ਪੰਜਾਬੀ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ